अहमदगढ़ मंडी दे विच हुण दावा कीता जा रहा है कि सीसीटीवी पॉइंट वालों बहुत सस्ते कैमरे जिहड़े कि दित्ते जा रहे ने, कि इह सही है? ਅੱਜ ਕੱਲ੍ਹ ਬ੍ਰਾਂਡ ਦੇ ਵਿੱਚ ਕੈਮਰੇ ਦਿੱਤੇ ਜਾਂਦੇ ਨੇ ਜੀ, ਇੰਟਰਨੈਸ਼ਨਲ ਕੈਮਰੇ ਹੋਣਗੇ, ਕੋਈ ਦੇਸੀ ਕੋਈ ਲੋਕਲ ਨਹੀਂ ਹੈਗਾ। ਜਿਹੜੇ ਇੰਟਰਨੈਸ਼ਨਲ ਬ੍ਰਾਂਡਸ ਦੇ ਕੈਮਰੇ ਉਹ ਵੀ ਬਹੁਤ ਸਸਤੇ ਰੇਟਾਂ ਦੇ, ਇਹ ਕਿਵੇਂ ਪੋਸੀਬਲ ਹੈ? ਤੇ ਫਿਰ ਮੈਨੂੰ ਲੱਗਦਾ ਕਿ ਇਹ ਸਕੀਮਾਂ ਤੁਸੀਂ ਕਸਟਮਰ ਨੂੰ ਦੇਤੇ ਆ, ਫਿਰ ਸਰਵਿਸ ਬਿਲਕੁਲ ਨਹੀਂ ਦਿੰਦੇ ਹੋ। ਨਹੀਂ ਮੈਡਮ, ਬਿਲਕੁਲ ਸਰਵਿਸ ਮਿਲਦੀ ਆ, 1 ਸਾਲ ਫ੍ਰੀ ਸਰਵਿਸ ਮਿਲਦੀ। ਜਿੱਦਾਂ ਕਿ ਕਸਟਮਰ ਦੀ ਰਿਕੁਆਇਰਮੈਂਟ ਹੁੰਦੀ ਆ ਕਿ ਵੌਇਸ ਵਾਲੇ ਕੈਮਰੇ ਹੁੰਦੇ ਨੇ, ਸਾਡੇ ਕੋਲ ਅਵੇਲੇਬਲ ਨੇ ਬ੍ਰਾਂਡਡ ਕੈਮਰੇ ਵੌਇਸ ਵਾਲੇ ਵਿਦ ਵੌਇਸ। ਬਿਲਕੁਲ ਗੁਰਦੀਪ ਜੀ, ਮੈਨੂੰ ਲੱਗਦਾ ਘਟਿਆ ਸ਼ੋਰੂਮ ਹੈ ਤੇ ਨਕਲੀ ਕੈਮਰੇ ਜਿਹੜੇ ਕਿ ਤੁਹਾਡੇ ਵੱਲੋਂ ਵੇਚੇ ਜਾ ਰਹੇ ਨੇ। ਨਹੀਂ ਮੈਡਮ, ਇਦਾਂ ਦੀ ਕੋਈ ਗੱਲ ਨਹੀਂ ਹੈਗੀ, ਕੈਮਰੇ ਓਰੀਜਨਲ ਨੇ, ਕੰਪਨੀ ਤੋਂ ਚਾਹੇ ਵੈਰੀਫਾਈ ਕਰਾ ਲਓ। ਨਕਲੀ ਸਾਬਤ ਕਰਨ ਵਾਲੇ ਨੂੰ 1 ਲੱਖ ਰੁਪਏ ਦਾ ਇਨਾਮ ਦਿੱਤਾ ਜਾਊਗਾ। ਇੱਕ ਕਸਟਮਰ ਦਾ ਬਜਟ ਦੇਖੀਦਾ ਕਿੰਨਾ ਕਾ, ਉਸ ਹਿਸਾਬ ਦੇ ਨਾਲ ਕੈਮਰੇ ਲਗਾਉਣਾ। ਇਹ ਨਹੀਂ ਹੈਗਾ ਜੀ ਕਸਟਮਰ ਆ ਗਿਆ ਉਹਨੂੰ ਲੁੱਟ ਲਓ, ਇਹ ਨਹੀਂ ਹੈਗਾ ਵੀ ਚੱਕ ਕੇ ਮੂੰਹ ਤੁਰ ਪਏ ਕੈਮਰੇ ਚੱਕ ਕੇ। ਸਤਿ ਸ਼੍ਰੀ ਅਕਾਲ ਜੀ, ਮੈਂ ਪ੍ਰਿਯੰਕਾ, ਅਹਿਮਦਗੜ੍ਹ ਲਾਈਵ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੀ ਹਾਂ। ਇੱਥੇ ਤੁਹਾਨੂੰ ਦੱਸਣਾ ਚਾਹਾਂਗੀ ਕਿ ਅਹਿਮਦਗੜ੍ਹ ਦੇ ਵਿੱਚ ਅੱਜ ਕੱਲ੍ਹ ਬਹੁਤ ਜ਼ਿਆਦਾ ਸ਼ੋਰ ਮਚਿਆ ਹੋਇਆ ਕਿ ਅਹਿਮਦਗੜ੍ਹ ਸੀਸੀਟੀਵੀ ਪੁਆਇੰਟ ਵੱਲੋਂ ਬਹੁਤ ਹੀ ਸਸਤੇ ਕੈਮਰੇ ਜਿਹੜੇ ਕਿ ਦਿੱਤੇ ਜਾ ਰਹੇ ਨੇ। ਜੀ ਹਾਂ, ਸਸਤੇ ਕੈਮਰੇ ਦਿੱਤੇ ਜਾ ਰਹੇ ਨੇ ਅਤੇ ਨਾਲ ਦੀ ਨਾਲ ਬ੍ਰਾਂਡਡ ਕੈਮਰੇ ਵੀ ਦਿੱਤੇ ਜਾ ਰਹੇ ਨੇ। ਕੀ ਇਹ ਦਾਅਵਾ ਸਹੀ ਹੈ ਅਤੇ ਬਿਲਕੁਲ ਸੱਚ ਹੈ? ਇਸ ਨੂੰ ਲੈ ਕੇ ਜੀ ਅੱਜ ਵਿਜ਼ਿਟ ਕਰਨ ਲੱਗਿਆ ਅਹਿਮਦਗੜ੍ਹ ਦੇ ਸੀਸੀਟੀਵੀ ਪੁਆਇੰਟ ਦੇ ਵਿੱਚ। ਮੈਡਮ, ਸਾਨੂੰ ਕੰਪਨੀ ਵਾਲੀਆਂ ਸਕੀਮਾਂ ਮਿਲਦੀਆਂ ਨੇ ਜੀ, ਅਸੀਂ ਉਹੀ ਸਕੀਮਾਂ ਕਸਟਮਰ ਨੂੰ ਦੇ ਦਿੰਦੇ ਹਾਂ ਜੀ। ਤੇ ਫਿਰ ਮੈਨੂੰ ਲੱਗਦਾ ਕਿ ਇਹ ਸਕੀਮਾਂ ਤੁਸੀਂ ਕਸਟਮਰ ਨੂੰ ਦੇਤੇ ਆ, ਫਿਰ ਸਰਵਿਸ ਬਿਲਕੁਲ ਨਹੀਂ ਦਿੰਦੇ ਹੋਣ? ਨਹੀਂ ਮੈਡਮ, ਬਿਲਕੁਲ ਸਰਵਿਸ ਮਿਲਦੀ ਆ, 1 ਸਾਲ ਫ੍ਰੀ ਸਰਵਿਸ ਮਿਲਦੀ ਆ, ਨਾਲ ਗਿਫਟ ਵੀ ਦਿੰਦੇ ਆ। 1 ਸਾਲ ਫ੍ਰੀ ਸਰਵਿਸ ਨਾਲ ਗਿਫਟ ਵੀ ਦੇ ਰਹੇ ਹੋ ਤੁਸੀਂ ਤੇ ਇੰਟਰਨੈਸ਼ਨਲ ਬ੍ਰਾਂਡਸ ਦੇ ਜਿਹੜੇ ਕਿ ਕੈਮਰੇ ਆ, ਮੈਂ ਬ੍ਰਾਂਡ ਜ਼ਰੂਰ ਜਾਣਨਾ ਚਾਹਾਂਗੀ ਕਿਹੜੇ ਬ੍ਰਾਂਡਸ ਨੇ। ਮੈਡਮ, ਸੀਪੀ ਪਲੱਸ ਹੋ ਗਿਆ ਜੀ, ਦਊਆ ਹੋ ਗਿਆ, ਹਿਕਵਿਜ਼ਨ, ਪੈਨਾਸੋਨਿਕ, ਬਾਕੀ ਹੋਰ ਵੀ ਕਈ ਬ੍ਰਾਂਡ ਨੇ, ਮਲਟੀਪਲ ਬ੍ਰਾਂਡ ਆਉਂਦੇ ਆ, ਉਹਨਾਂ ਸਾਰਿਆਂ 'ਚ ਸੇਮ ਹੋਣਾ ਜੀ। ਫਿਰ ਮੈਨੂੰ ਲੱਗਦਾ ਕਿ ਤੁਹਾਡੇ ਵੱਲੋਂ ਪਹਿਲਾਂ ਹੀ ਰੇਟ ਬਹੁਤ ਜ਼ਿਆਦਾ ਹਾਈ ਕਰਕੇ ਦੱਸੇ ਹੋਣਗੇ ਤੇ ਹੁਣ ਤੁਸੀਂ ਸਸਤੇ ਕਰਕੇ ਮਾਰਕੀਟ ਦੇ ਵਿੱਚ ਉਤਾਰ ਦਿੱਤੇ। ਨਹੀਂ ਮੈਡਮ, ਅਸੀਂ ਸਸਤੇ ਕੈਮਰੇ ਵੇਚਦੇ ਹਾਂ, 1 ਸਾਲ ਪੂਰਾ ਆਫਰ ਚੱਲਦੀ ਰਹੇ ਜੀ। ਕੀ ਤੁਸੀਂ ਕਿਤੇ ਕੈਨੇਡਾ ਵਗੈਰਾ ਤਾਂ ਨਹੀਂ ਚੱਲੇ ਕਿ ਹੁਣ ਤੁਸੀਂ ਮਾਲ ਖਤਮ ਕਰ ਦੇਣਾ ਜੀ? ਤੁਸੀਂ ਇਦਾਂ ਦੀ ਕੋਈ ਗੱਲ ਨਹੀਂ ਹੈਗੀ, ਸਾਨੂੰ 20 ਸਾਲ ਹੋ ਗਏ ਉਹ ਕੰਮ ਕਰਦੇ ਨੂੰ ਜੀ। ਇਹ ਨਾ ਹੋਵੇ ਜੀ ਕਿ ਮੇਰੇ ਕਸਟਮਰ ਤੁਹਾਡੇ ਕੋਲ ਆਣ ਤੇ ਵਿਜ਼ਿਟ ਕਰਨ ਤੇ ਤੁਸੀਂ ਕਹਿ ਦੋ ਜੀ ਹੁਣ ਤਾਂ ਕੈਮਰੇ ਮੁੱਕ ਗਏ ਆ ਤੇ ਸਾਡੇ ਵੱਲੋਂ ਸਰਵਿਸ ਜਿਹੜੀ ਕਿ ਨਹੀਂ ਦਿੱਤੀ ਜਾਣਗੀ, ਜਿਹੜੇ ਆਫਰ ਚੱਲਦੇ ਸੀ ਕੈਮਰਾ ਦੇ ਉਹ ਖਤਮ ਹੋ ਗਿਆ, ਇਦਾਂ ਦੀ ਕੋਈ ਗੱਲ ਨਹੀਂ ਹੋਊਗੀ? ਇਦਾਂ ਦੀ ਕੋਈ ਗੱਲ, ਕੋਈ ਕੰਪਲੇਂਟ ਨਹੀਂ ਆਏਗੀ? ਸੋ ਤੁਹਾਡੇ ਵੱਲੋਂ ਅੱਜ ਵੀ ਦਾਵਾ ਕੀਤਾ ਜਾ ਰਿਹਾ ਕਿ ਸਸਤੇ ਕੈਮਰੇ ਤੁਸੀਂ ਦਿਓਗੇ? ਹਾਂਜੀ ਹਾਂਜੀ। ਤੇ ਕਦੋਂ ਤੱਕ ਇਹ ਸਕੀਮ ਜਿਹੜੀ ਕਿ ਚੱਲੇਗੀ? ਮੈਡਮ, ਪੂਰਾ ਸਾਲ ਚੱਲਦੀ ਰਹਿੰਦੀ ਹੈ ਸਕੀਮ, ਆਫਰਾਂ ਦਿੰਦੇ ਰਹਿੰਦੇ ਆ। ਬਿਲਕੁਲ ਗੁਰਦੀਪ ਜੀ, ਮੈਨੂੰ ਲੱਗਦਾ ਘਟਿਆ ਸ਼ੋਰੂਮ ਹੈ ਤੇ ਨਕਲੀ ਕੈਮਰੇ ਜਿਹੜੇ ਕਿ ਤੁਹਾਡੇ ਵੱਲੋਂ ਵੇਚੇ ਜਾ ਰਹੇ ਨੇ। ਨਹੀਂ ਮੈਡਮ, ਇਦਾਂ ਦੀ ਕੋਈ ਗੱਲ ਨਹੀਂ ਹੈਗੀ, ਕੈਮਰੇ ਓਰੀਜਨਲ ਨੇ, ਕੰਪਨੀ ਤੋਂ ਚਾਹੇ ਵੈਰੀਫਾਈ ਕਰਾ ਲਓ। ਨਕਲੀ ਸਾਬਤ ਕਰਨ ਵਾਲੇ ਨੂੰ 1 ਲੱਖ ਰੁਪਏ ਦਾ ਇਨਾਮ ਦਿੱਤਾ ਜਾਊਗਾ। ਓਰੀਜਨਲ ਕੈਮਰੇ ਨੇ, ਜਿਵੇਂ ਆਹ ਸੀਪੀ ਪਲੱਸ ਦਾ ਕੈਮਰਾ ਹੋ ਗਿਆ, ਆਹ ਦਊਆ ਦਾ ਕੈਮਰਾ ਹੋ ਗਿਆ, ਆਹ ਪੈਨਾਸੋਨਿਕ ਦਾ ਹੋ ਗਿਆ, ਸਾਰੇ ਓਰੀਜਨਲ ਕੈਮਰੇ ਨੇ, ਓਰੀਜਨਲ ਕੰਪਨੀ ਦੇ ਨੇ, ਇੰਟਰਨੈਸ਼ਨਲ ਬ੍ਰਾਂਡ ਨੇ ਤਿੰਨੋਂ ਕੈਮਰੇ। ਔਰ ਜਿਵੇਂ ਮੰਨ ਲਓ 2 ਕੈਮਰਿਆਂ ਦਾ ਸੈਟਅਪ ਆ, ਅਸੀਂ ਇਹ 6500 ਦਾ ਦਿੰਦੇ ਹਾਂ ਜੀ, ਮਾਰਕੀਟ ਦੇ ਵਿੱਚ ਕੋਈ ਨਹੀਂ ਦੇ ਸਕਦਾ 6500 ਦਾ। ਇਹ ਦਾਅਵਾ ਕਰ ਦਿਓ ਕਿ ਜਿਹੜੇ ਰੇਟ ਤੁਹਾਡੇ ਵੱਲੋਂ ਦਿੱਤਾ ਜਾ ਰਿਹਾ ਉਹ ਰੇਟ ਕਿਤੇ ਹੋਰ ਕਿਸੇ ਵੱਲੋਂ ਨਹੀਂ ਦਿੱਤਾ ਜਾਵੇਗਾ? ਹਾਂਜੀ, ਇਹ ਤਾਂ ਗੱਲ ਦਾ ਬਿਲਕੁਲ ਦਾਅਵਾ ਕਰਦੇ ਹਾਂ, ਜੋ ਰੇਟ ਅਸੀਂ ਦੇ ਦਈਏ ਉਹ ਰੇਟ ਕੋਈ ਨਹੀਂ ਦੇ ਸਕਦਾ ਜੀ। ਇੱਕ ਘੱਟ ਰੇਟ ਦੇ ਵਿੱਚ ਤੁਹਾਨੂੰ ਸਰਵਿਸ ਵੀ ਜਿਹੜੀ ਕਿ ਇਹਨਾਂ ਵੱਲੋਂ ਦਿੱਤੀ ਜਾ ਰਹੀ ਹੈ ਤੇ ਇੱਕ ਗਿਫਟ ਵੀ ਦਿੱਤਾ ਜਾ ਰਿਹਾ ਤੇ ਬ੍ਰਾਂਡਡ ਕੈਮਰੇ ਵੀ ਦਿੱਤੇ ਜਾ ਰਹੇ ਨੇ। ਇਹਨਾਂ ਦਾ ਕਹਿਣਾ ਹੈ ਕਿ ਇਹਨਾਂ ਨੂੰ ਜੋ ਰੇਟ ਤੇ ਕੈਮਰੇ ਆਉਂਦੇ ਨੇ ਬਿਨਾਂ ਲਾਲਚ ਦੇ ਆਪਣੇ ਕਸਟਮਰ ਨੂੰ ਉਹ ਕੈਮਰੇ ਜਿਹੜੇ ਕਿ ਇਹਨਾਂ ਉਹਨਾਂ ਦੀ ਸਰਵਿਸ ਦੇ ਲਈ ਦਿੱਤੇ ਜਾਂਦੇ ਨੇ, ਉਹਨਾਂ ਦੇ ਘਰਾਂ ਦੇ ਵਿੱਚ ਲਗਾਏ ਜਾਂਦੇ ਨੇ। ਕੀ ਇਹ ਕੈਮਰੇ ਦੀ ਕੋਈ ਐਕਸਪਾਇਰੀ ਡੇਟ ਹੁੰਦੀ ਹੈ? ਨਹੀਂ ਮੈਡਮ, ਜਿੱਦਾਂ ਹੁਣ ਕੰਪਨੀ ਕੈਮਰਿਆਂ ਦੀ 2 ਸਾਲ ਦੀ ਵਾਰੰਟੀ ਦਿੰਦੀ ਆ, ਉਸ ਤੋਂ ਬਾਅਦ ਕੈਮਰੇ ਦੀ ਸਰਵਿਸ, ਜਿੱਦਾਂ ਹੁਣ ਮੰਨ ਲਓ ਕੋਈ ਗੱਡੀ ਆਪਣੀ ਉਹਨੂੰ ਸਰਵਿਸ ਦੀ ਲੋੜ ਪੈਂਦੀ ਆ, ਉੱਦਾਂ ਹੀ ਕੈਮਰਿਆਂ ਨੂੰ ਆ, ਕੈਮਰਿਆਂ ਦੀ ਵੀ ਸਰਵਿਸ ਕਰਨੀ ਜ਼ਰੂਰੀ ਹੁੰਦੀ ਆ। ਅਸੀਂ ਸਾਲ ਦੇ ਵਿੱਚ 1 ਵੀਕ
फ्री सर्विस दिने वो असी कोई पैसे का लालच नहीं रखते कोई नहीं कस्टमर बिलकुल फ्री सर्विस दिने बिना पैसे तो एक साल दे विच एक हफ्ता तुहाडे लई जिहड़ा कि कस्टमर नूं दित्ता जांदा जिस दे विच तुसीं उहनां दे घरां विच जाके कैमरा दी सर्विस फ्री कर दिओ पेट्रोल भी तुसीं फूकदे हो हां जी हां जी ते सर्विस भी फ्री कर दिओ जी कोई लालच तां नहीं थानूं किसे कस्टमर नूं सानूं कस्टमर बनाउण दी आ सानूं पैसे दा कोई लालच नहीं हैगा जिवें दे कैमरे ते किहड़ा किहड़ा काम करदे ने थोड़ी डिटेल च दस्सोगे सर मैडम जिवें तां आ कलर व्यू कैमरा आ गया जी जिथे बिलकुल अंधेरा हुंदा उत्थे कलर व्यू कैमरा लगदा जी नाल लाइटिंग भी हुंदी आ रात नूं कलर चलदा जी इह सब तों पावरफुल कैमरा इहदे मुकाबले अज तक कोई किसे कंपनी ने कोई कैमरा नहीं कढ़िया हैगा जी सब तों पावरफुल नाइट विजन इहदा प्राइस की है जी इहदा प्राइस है मैडम 2650 रुपए जी जी ते उस तों बाद आ गया ह्यूमन डिटेक्शन कैमरा जिवें कोई बंदा मूहरे आउंदा जी लाइट चलदी आ रात नूं कलर व्यू हो जांदा कैमरा जी ठीक है जी ਜਿਵੇਂ ਮੰਨ ਲਓ ਕਿਸੇ ਬੈਂਕ 'ਚ ਲਗਾਉਣੇ ਆ ਜਾਂ ਕਿਸੇ ਹੋਰ ਏਰੀਆ 'ਚ ਲਗਾਉਣੇ ਆ ਕੈਮਰੇ ਇਹ ਸਾਇਰਨ ਕੈਮਰਾ ਜੀ ਜਦੋਂ ਕੋਈ ਬੰਦਾ ਮੂਹਰੇ ਆਉਂਦਾ ਤਾਂ ਸਾਇਰਨ ਚੱਲਦਾ ਪਲੱਸ ਇਹਦਾ ਲਾਈਟ ਬਲਿੰਕ ਕਰਦੀ ਆ ਜੀ ਜਿੱਦਾਂ ਕਿ ਕਸਟਮਰ ਦੀ ਰਿਕੁਆਇਰਮੈਂਟ ਹੁੰਦੀ ਆ ਕਿ ਵੋਇਸ ਵਾਲੇ ਕੈਮਰੇ ਹੁੰਦੇ ਨੇ ਸਾਡੇ ਕੋਲ ਅਵੇਲੇਬਲ ਨੇ ਬ੍ਰਾਂਡਡ ਕੈਮਰੇ ਵੋਇਸ ਵਾਲੇ ਵਿਦ ਵੋਇਸ ਤੇ ਇਸ ਤਰ੍ਹਾਂ ਦੇ ਹੋਰ ਵੀ ਕਈ ਕੈਮਰੇ ਤੁਹਾਡੇ ਕੋਲ ਨੇ ਹਾਂਜੀ ਮੈਡਮ ਖਾਸ ਕਰਕੇ ਅਸੀਂ ਨਾਈਟ ਵਿਜ਼ਨ ਦਾ ਖਾਸ ਧਿਆਨ ਰੱਖਦੇ ਹਾਂ ਜੀ ਜਿਵੇਂ ਮੰਨ ਲਓ ਆਹ ਕੈਮਰਾ ਜੀ ਇਹ ਨਾਈਟ ਵਿਜ਼ਨ ਪੂਰਾ ਪਾਵਰਫੁੱਲ ਕੈਮਰਾ ਜੀ ਰਾਤ ਨੂੰ ਬਲੈਕ ਐਂਡ ਵਾਈਟ ਚੱਲਦਾ ਜੀ ਲਓ ਜੀ ਅਕਸਰ ਤੁਸੀਂ ਚੋਰੀਆਂ ਛਕਾਰੀਆਂ ਦੇ ਮਾਮਲੇ ਤਾਂ ਸੁਣੇ ਹੋਣਗੇ ਤੇ ਚੋਰੀਆਂ ਛਕਾਰੀਆਂ ਹੁੰਦੀਆਂ ਕਦੋਂ ਨੇ ਰਾਤ ਨੂੰ ਤੇ ਰਾਤ ਨੂੰ ਆਪਣੇ ਘਰ ਤੇ ਆਪਣੀ ਪ੍ਰੋਫੈਸ਼ਨ ਵਾਲੀ ਜਗ੍ਹਾ ਨੂੰ ਜਾਂ ਫਿਰ ਜਿਵੇਂ ਕਿ ਸਰ ਨੇ ਦੱਸਿਆ ਕਿ ਬੈਂਕ ਨੂੰ ਜੇਕਰ ਸਿਕਿਉਰ ਕਰਨਾ ਚਾਹੁੰਦੇ ਹੋ ਫਿਰ ਤੁਹਾਨੂੰ ਇਹਨਾਂ ਵੱਲੋਂ ਜਿਹੜੇ ਕਿ ਇੰਟਰਨੈਸ਼ਨਲ ਬ੍ਰਾਂਡ ਦੇ ਕੈਮਰੇ ਆ ਉਹਨਾਂ ਨੂੰ ਜਿਹੜੀ ਕਿ ਪ੍ਰੈਫਰੈਂਸ ਦੇਣੀ ਚਾਹੀਦੀ ਹੈ ਬਟ ਜ਼ਿਆਦਾ ਜਾਣਕਾਰੀ ਲਈ ਫਿਰ ਤੋਂ ਕਹਿ ਰਹੀ ਹਾਂ ਜੀ ਸਕਰੀਨ ਤੇ ਦਿਖ ਰਹੇ ਨੰਬਰ ਰਾਹੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਤੇ ਇੱਥੇ ਆ ਕੇ ਖੁਦ ਬ ਖੁਦ ਕੈਮਰਿਆਂ ਦੀ ਜਾਣਕਾਰੀ ਲੈ ਸਕਦੇ ਹੋ ਸੋ ਤੁਸੀਂ ਕੀ ਸੁਜੈਸਟ ਕਰਦੇ ਹੋ ਗੁਰਦੀਪ ਜੀ ਕਸਟਮਰ ਨੂੰ ਕਿਸ ਹਿਸਾਬ ਦੇ ਨਾਲ ਜਿਹੜਾ ਕਿ ਕੈਮਰਾ ਲਗਾਉਣਾ ਚਾਹੀਦਾ ਮੈਡਮ ਪਹਿਲਾਂ ਤਾਂ ਅਸੀਂ ਕਸਟਮਰ ਦੇ ਰਿਕੁਆਇਰਮੈਂਟ ਦੇਖਦੇ ਹਾਂ ਉਹਦੀ ਲੋਕੇਸ਼ਨ ਜਾ ਕੇ ਦੇਖਦੇ ਹਾਂ ਕਿੱਦਾਂ ਦੇ ਕੈਮਰੇ ਲੱਗਦੇ ਆ ਕਈ ਜਗ੍ਹਾ ਕਈ ਲੋਕੇਸ਼ਨ 'ਤੇ ਇੱਦਾਂ ਦੇ ਕੈਮਰੇ ਲੱਗਦੇ ਆ ਕਿਤੇ ਇੱਦਾਂ ਦੇ ਲੱਗਦੇ ਆ ਇੱਦਾਂ ਦੇ ਲੱਗਦੇ ਆ ਉਸ ਹਿਸਾਬ ਨਾਲ ਰਿਕੁਆਇਰਮੈਂਟ ਦੇਖ ਕੇ ਲੋਕੇਸ਼ਨ ਦੇਖ ਕੇ ਉੱਦਾਂ ਦੇ ਕੈਮਰੇ ਲਗਾਏ ਜਾਂਦੇ ਆ ਇਹ ਨਹੀਂ ਹੈਗਾ ਵੀ ਚੱਕ ਕੇ ਮੂੰਹ ਤੁਰ ਪਏ ਕੈਮਰੇ ਚੱਕ ਕੇ ਰਿਕੁਆਇਰਮੈਂਟ ਦੇਖੀ ਦੀ ਆ ਲੋਕੇਸ਼ਨ ਦੇਖ ਕੇ ਉਸ ਹਿਸਾਬ ਨਾਲ ਕੈਮਰੇ ਲਾਈਦੇ ਆ ਇੱਕ ਕਸਟਮਰ ਦਾ ਬਜਟ ਦੇਖੀ ਦਾ ਕਿੰਨਾ ਗਾ ਉਸ ਹਿਸਾਬ ਦੇ ਨਾਲ ਕੈਮਰੇ ਲਗਾਉਣਾ ਇਹ ਨਹੀਂ ਹੈਗਾ ਜੀ ਕਸਟਮਰ ਆ ਗਿਆ ਉਹਨੂੰ ਲੁੱਟ ਲਓ ਜਿੱਦਾਂ ਮੈਡਮ ਕਸਟਮਰ ਆਉਂਦਾ ਜੀ ਘੱਟ ਪੈਸਿਆਂ 'ਚ ਕੈਮਰੇ ਲਗਵਾਉਣ ਨੂੰ ਕਹਿੰਦਾ ਸਾਡੇ ਕੋਲ ਪੈਕੇਜ ਬਣਾਏ ਹੋਏ ਆ ਬ੍ਰਾਂਡਡ ਕੈਮਰਿਆਂ ਦੇ ਜਿਵੇਂ ਮੰਨ ਲਓ ਆ ਕੈਮਰਾ ਦਊਆ ਦਾ ਇਹਦਾ ਦੋ ਕੈਮਰਿਆਂ ਦਾ ਪੈਕੇਜ ਬਣਾਇਆ 6500 ਦਾ ਲਿਆਓ ਜੀ ਕੱਢ ਕੇ ਦੇਖ ਵੀ ਲੈਂਦੇ ਹਾਂ ਇਹਨਾਂ ਵੱਲੋਂ ਜਿਹੜੇ ਕਿ ਬ੍ਰਾਂਡਡ ਕੈਮਰਿਆਂ ਦਾ ਦਾਅਵਾ ਕੀਤਾ ਜਾ ਰਿਹਾ ਕਿ ਅਸਲ ਦੇ ਵਿੱਚ ਹੀ ਬ੍ਰਾਂਡਡ ਤੇ ਚੰਗੀ ਕੰਪਨੀ ਦੇ ਕੈਮਰੇ ਨੇ ਪੈਸੇ ਬਚਾ ਵੀ ਸਕਦੇ ਹੋ ਸੇਵਿੰਗ ਵੀ ਕਰ ਸਕਦੇ ਹੋ ਤੇ ਆਪਣੇ ਬਜਟ ਦੇ ਵਿੱਚ ਆਪਣੇ ਘਰ ਤੇ ਆਪਣੀ ਸ਼ੋਪ ਤੇ ਆਪਣੀ ਜਿੱਥੇ ਵੀ ਤੁਸੀਂ ਕੋਈ ਜਗ੍ਹਾ ਨੂੰ ਸੇਫ ਕਰਨਾ ਚਾਹੁੰਦੇ ਹੋ ਤੇ ਉਸ ਨੂੰ ਸੇਫ ਐਂਡ ਸਿਕਿਓਰ ਵੀ ਕਰ ਸਕਦੇ ਹੋ ਸੋ ਗੁਰਦੀਪ ਜੀ ਨਾਲ ਗੱਲਬਾਤ ਕੀਤੀ ਇਹਨਾਂ ਵੱਲੋਂ ਜਿਹੜਾ ਕੀਤਾ ਗਿਆ ਦਾਅਵਾ ਬਿਲਕੁਲ ਸੱਚ ਨਿਕਲਿਆ ਕਿ ਬਹੁਤ ਘੱਟ ਬਜਟ ਦੇ ਵਿੱਚ ਬਹੁਤ ਚੰਗੀ ਕੰਪਨੀ ਦੇ ਤੇ ਇੰਟਰਨੈਸ਼ਨਲ ਬ੍ਰਾਂਡਸ ਦੇ ਕੈਮਰੇ ਜਿਹੜੇ ਕਿ ਸੀਸੀਟੀਵੀ ਪੁਆਇੰਟ ਤੇ ਤੁਹਾਨੂੰ ਦਿੱਤੇ ਜਾਂਦੇ ਨੇ ਇਸ ਦੇ ਨਾਲ ਹੀ ਕਾਫੀ ਜਿਹੜੀਆਂ ਸਕੀਮਾਂ ਇਹਨਾਂ ਵੱਲੋਂ ਟਾਈਮ ਟੂ ਟਾਈਮ ਲਾਂਚ ਕੀਤੀਆਂ ਜਾਂਦੀਆਂ ਨੇ ਉਹਨਾਂ ਸਕੀਮਾਂ ਦਾ ਵੀ ਤੁਸੀਂ ਫਾਇਦਾ ਲੈ ਸਕਦੇ ਹੋ ਤੇ ਸਰਵਿਸ ਨੂੰ ਲੈ ਕੇ ਮੈਨੂੰ ਥੋੜਾ ਡਾਊਟ ਸੀ ਜੋ ਡਾਊਟ ਕਲੀਅਰ ਕਰਨ ਲਈ ਮੈਂ ਅੱਜ ਵਿਜ਼ਿਟ ਕੀਤਾ ਸੀ ਇਹਨਾਂ ਦੀ ਸ਼ਾਪ ਤੇ ਇਹਨਾਂ ਨੇ ਮੈਨੂੰ ਦੱਸਿਆ ਕਿ ਇੱਕ ਸਾਲ ਦੇ ਵਿੱਚ ਇੱਕ ਵੀਕ ਹੈ ਜਿਹੜਾ ਕਿ ਬਿਲਕੁਲ ਕਸਟਮਰ ਦੇ ਲਈ ਦੇ ਦਿੱਤਾ ਜਾਂਦਾ ਇਹਨਾਂ ਵੱਲੋਂ ਤੇ ਉਸ ਵੀਕ ਦੇ ਵਿੱਚ ਤੁਹਾਡੇ ਕੈਮਰੇਜ਼ ਦੀ ਸਰਵਿਸ ਹੈ ਬਿਲਕੁਲ ਫ੍ਰੀ ਆਫ ਕਾਸਟ ਕੀਤੀ ਜਾਂਦੀ ਹੈ ਨਾਟ ਇਵਨ ਅ ਸਿੰਗਲ ਪੈਨੀ ਤੁਹਾਡੇ ਕੋਲ ਜਿਹੜਾ ਕਿ ਚਾਰਜ ਲਿਆ ਜਾਂਦਾ ਸੋ ਥੈਂਕ ਯੂ ਵੈਰੀ ਮੱਚ ਗੁਰਦੀਪ ਜੀ ਸੋ ਫਾਈਨਲੀ ਅਸੀਂ ਕਸਟਮਰਸ ਨੂੰ ਕਹਿਣਾ ਚਾਹਾਂਗੇ ਕਿ ਜਿਹੜਾ ਦਾਅਵਾ ਇਹਨਾਂ ਵੱਲੋਂ ਕੀਤਾ ਗਿਆ ਬਿਲਕੁਲ ਸੱਚ ਹੈ ਤੁਸੀਂ ਵਿਜ਼ਿਟ ਕਰ ਸਕਦੇ ਹੋ ਤੇ ਖੁਦ ਜਾਣਕਾਰੀ ਜਿਹੜੀ ਕਿ ਇਹਨਾਂ ਦੇ ਕੈਮਰਾ ਬਾਰੇ ਇਹਨਾਂ ਦੀ ਸ਼ੋਪ ਬਾਰੇ ਇੱਥੇ ਆ ਕੇ ਹਾਸਲ ਕਰ ਸਕਦੇ ਹੋ ਥੈਂਕ ਯੂ ਵੈਰੀ ਮੱਚ